ਜ਼ਿਆਦਾ ਜੀ ਇਕੱਲਾ ਇਹ ਹੀ ਨਹੀਂ ਜਿੱਦਾਂ ਤੁਸੀਂ ਕਿਹਾ ਵੀ ਇੰਨੀ ਮਿਹਨਤ ਕੀਤੀ, ਐਕਸੀਡੈਂਟ ਵੀ ਹੋਇਆ ਤੇ ਤੁਸੀਂ ਸਿਆਸੀ ਵਿਰੋਧ ਵੀ ਪੂਰਾ ਸਹੇੜਿਆ, ਤੁਹਾਨੂੰ ਮਤਲਬ ਭਾਜਪਾ ਦੇ ਦਲਾਲ ਤੱਕ ਗਦਾਰ ਤੱਕ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ, ਮਤਲਬ ਇਸ ਕਰਕੇ ਕਿ ਤੁਸੀਂ ਹਰਿਆਣਾ ਕਮੇਟੀ ਜਿਹੜੀ ਸਿੱਖਾਂ ਦੀ ਪੱਖ ਕਰਾਈ ਹੈ। ਚਲੋ ਉਹ ਤਾਂ ਸੱਤਾ ਦਾ ਵਿਰੋਧ ਹੁੰਦਾ ਜੀ, ਦੇਖੋ ਜਿੰਨਾ ਚਿਰ ਮੈਂ ਪ੍ਰਧਾਨ ਸੀਗਾ ਉਹਨਾਂ ਚਿਰ ਉਹਨਾਂ ਨੇ ਮੈਨੂੰ, ਹੁਣ ਕੱਲ ਦਾ ਦੇਖੋ ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ, ਕਿਉਂਕਿ ਉਹ ਸੱਤਾ ਦਾ ਵਿਰੋਧ ਸੀਗਾ ਕਿ ਮੈਂ ਜੀ ਪ੍ਰਧਾਨ ਸੀਗਾ। ਹੁਣ ਮੈਂ ਹਾਂ ਕੱਲ ਦਾ ਪ੍ਰਧਾਨ ਨਹੀਂ, ਹੁਣ ਸੁਖਬੀਰ ਸਿੰਘ ਬਾਦਲ ਨੇ ਕੁਛ ਨਹੀਂ ਕਿਹਾ ਵੀ ਇਹ ਬੀਜੇਪੀ ਦੇ ਫਰੰਟ ਮੈਨ ਤੇ ਆਰਐਸਐਸ ਦੇ ਫਰੰਟ ਮੈਨ ਆ, ਪਤਾ ਨਹੀਂ ਹਾਂ ਉਹ ਤਾਂ ਕੇਵਲ ਉਹਨਾਂ ਦਾ ਜਿਹੜਾ ਸੀ ਮੇਰੇ ਤੇ ਹਮਲੇ ਕਰਨ ਵਾਸਤੇ ਕੋਈ ਨਾ ਕੋਈ ਸ਼ਬਦ ਉਹਨਾਂ ਯੂਜ ਕਰਨੇ ਸੀ, ਪਰ ਹੁਣ ਉਹਨਾਂ ਦਾ ਵੀ ਭੁਲੇਖਾ ਲੈ ਗਿਆ ਤੇ ਜਿਹੜੇ ਹੋਰ ਸਰੋਤੇ ਸੁਣ ਰਹੇ ਆ ਤੁਹਾਨੂੰ ਵੀ ਜਿਹੜੇ ਹੈਗੇ ਆ ਪੂਰੇ ਵਰਲਡ ਵਾਈਡ ਸੁਣਿਆ ਜਾਂਦਾ ਵਾ, ਤੇ ਉਹਨਾਂ ਦਾ ਹਾਂਜੀ ਹਾਂਜੀ ਭੁਲੇਖਾ ਰਹਿ ਗਿਆ ਕਿ ਅਗਰ ਮੈਂ ਫਰੰਟ ਮੈਨ ਹੁੰਦਾ ਤਾਂ ਮੈਨੂੰ ਪ੍ਰਧਾਨ ਨਾ ਬਣਾ ਦਿੰਦੇ, ਮੈਂ ਜੀ ਪ੍ਰਧਾਨ ਨਾ ਬਣ ਜਾਂਦਾ। ਹੁਣ ਉਹਨਾਂ ਹਾਂ ਦਾ ਵੀ ਭੁਲੇਖਾ ਰਹਿ ਗਿਆ ਤੇ ਹੋਰਾਂ ਦਾ ਵੀ ਬਹੁਤ ਸਾਰਿਆਂ ਦਾ ਭੁਲੇਖਾ, ਕਿਉਂਕਿ ਮੈਂ ਸਿਧਾਂਤਕ ਗੱਲ ਹਮੇਸ਼ਾ ਕੀਤੀ ਆ। ਮੈਂ ਹੋ ਸਕਦਾ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਇਸ ਗੱਲ ਦੀ ਵੀ ਨਾਰਾਜ਼ਗੀ ਹੋਵੇ ਮੇਰੇ ਨਾਲ ਕਿ ਮੈਂ ਉਹਨਾਂ ਦੀ ਬਣਾਈ ਜਿਹੜੀ ਕ੍ਰੀਏਟ ਕੀਤੀ ਪੋਸਟ ਆ ਉਹਦਾ ਕਿਉਂ ਵਿਰੋਧ ਕੀਤਾ, ਜਾਂ ਉਹਨਾਂ ਜੀ ਵੱਲੋਂ ਦਿੱਤੀ ਜਾ ਰਹੀ ਪੋਸਟ ਸਰਪ੍ਰਸਤ ਦੀ ਉਹਨੂੰ ਪ੍ਰਵਾਨ ਕਿਉਂ ਨਹੀਂ ਕੀਤਾ, ਤਾਂ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਵੀ ਗੱਲ ਦਾ ਵਿਰੋਧ ਹੋਵੇ। ਪਰ ਮੈਨੂੰ ਇੱਕ ਗੱਲ ਆ, ਮੈਂ ਗੁਰੂ ਦਾ ਸਿੱਖ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਮੈਂ ਕਿਸੇ ਪਾਰਟੀ ਦਾ ਕਿਸੇ ਧੜੇ ਦਾ ਮੈਂਬਰ ਨਹੀਂ ਆ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆ, ਗੁਰਸਿੱਖੀ ਹਾਂਜੀ ਦਾ ਪ੍ਰਚਾਰ ਪ੍ਰਸਾਰ ਕਰਦਾ। ਜਿਹੜਾ 2-2.5 ਸਾਲ ਦਾ ਮੇਰਾ ਪ੍ਰਬੰਧ ਆ, ਉਹ ਹਾਂਜੀ ਸੰਗਤਾਂ ਨੂੰ ਜਾ ਕੇ ਉਹਨਾਂ ਗੁਰਦੁਆਰਿਆਂ 'ਚ ਜਾਣ ਵਾਲੀ ਸੰਗਤ ਨੂੰ ਪੁੱਛੋ ਵੀ ਅਸੀਂ ਕਿੰਨਾ ਪ੍ਰਬੰਧ ਕੀਤਾ, ਕਿਸ ਤਰ੍ਹਾਂ ਪ੍ਰਚਾਰ ਪ੍ਰਸਾਰ ਕੀਤਾ, ਸੰਗਤਾਂ ਜੁੜੀਆਂ। ਅੱਜ ਜਿਹੜੇ ਉਹ ਮੁਲਾਜ਼ਮ ਨੇ ਉਹਨਾਂ ਨੂੰ ਵੀ ਪੁੱਛੋ ਜਿਹੜੇ ਸਾਡੇ ਉੱਥੇ, ਕੋਈ ਤੁਸੀਂ ਆਪਣਾ ਕੈਮਰਾ ਭੇਜ ਸਕਦੇ ਆ ਕਿ ਉਹਨਾਂ ਦੱਸ ਸਕਦੇ ਕਿ ਜਿਹੜਾ ਮੈਂ 2-2.5 ਸਾਲ ਉੱਥੇ ਸੇਵਾ ਕੀਤੀ ਆ, ਜਿਹੜੇ ਹਾਂਜੀ ਮੁਲਾਜ਼ਮ ਨੇ, ਸੰਗਤ ਆ ਉੱਥੋਂ ਦੀ, ਠੀਕ ਆ, ਹਾਂਜੀ ਮੈਂਬਰਾਂ ਦਾ, ਅਹੁਦੇਦਾਰਾਂ ਦਾ ਵਿਰੋਧ ਹੋ ਸਕਦਾ ਮੇਰੇ ਨਾਲ, ਕਿਉਂਕਿ ਮੈਂ ਕਿਸੇ ਦੀ ਵੀ ਜਿਹੜੀ ਸੀਗੀ ਉਹ ਦਬਾਅ ਵਾਲੀ ਨੀਤੀ ਨੂੰ ਮੈਂ ਪ੍ਰਵਾਨ ਨਹੀਂ ਕੀਤਾ, ਜਿਹੜੀ ਗਲਤ ਨੀਤੀ ਸੀਗੀ ਕਿ ਆਹ ਹਾਂਜੀ ਮੁਲਾਜ਼ਮ ਬਦਲ ਦਿਓ ਜੀ, ਉਹ ਮੁਲਾਜ਼ਮ ਬਦਲ ਦਿਓ ਜੀ, ਇਹਨੇ ਸਾਨੂੰ ਪਾਣੀ ਨਹੀਂ ਫੜਾਇਆ ਜੀ, ਇਹਨੂੰ ਬਦਲ ਦਿਓ ਜੀ, ਮੈਂ ਇਹੋ ਜੀ ਦਬਾਅ ਵਾਲੀ ਨੀਤੀ 'ਚ ਕੋਈ ਕੰਮ ਨਹੀਂ ਕੀਤਾ, ਨਿਰਪੱਖ ਕੰਮ ਕੀਤਾ ਵਾ। ਇਹ ਤੁਸੀਂ ਉੱਥੇ ਹਾਂਜੀ ਜਾ ਕੇ ਜਿਹੜਾ ਹੈਗਾ ਉਹ ਪਤਾ ਕਰ ਸਕਦੇ ਆ। ਅਸੀਂ ਤਾਂ ਇਹੀ ਪ੍ਰਚਾਰ ਪ੍ਰਸਾਰ ਆਪਣੇ ਸੋਰਸਾਂ ਦੇ ਨਾਲ, ਲੈਬੋਰਟਰੀਆਂ ਖੋਲੀਆਂ, ਕੰਪਿਊਟਰ ਸੈਂਟਰ ਖੋਲੇ, ਸੰਥਿਆ ਦੇ ਪ੍ਰਵਾਹ ਚਲਾਏ, ਜੇ ਅਸੀਂ ਜਾਰੀ ਕੀਤੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਜਿਹੜੀ ਮਾਨ ਮਰਿਆਦਾ ਉੱਥੇ ਜਿਹੜੀ ਆ, ਜੋ ਜਿਹੜੇ ਦਿਨ ਵਾਰ ਆ, ਕੈਲੰਡਰ ਆ, ਉਹੀ ਹਾਂਜੀ ਗੁਰਪੁਰਬ ਜਿਹੜੇ ਆ ਬਣਾਏ, ਉਹ ਸਾਰਾ ਕੁਛ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਤੇ ਗੁਰੂ ਹਾਂਜੀ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਸਾਰੀ ਜਿਹੜੀ ਆ ਇਹ ਕਮੇਟੀ ਦੇ ਪ੍ਰਬੰਧ ਨੂੰ ਅਸੀਂ ਚਲਾਉਣਾ ਕੀਤਾ। ਹਾਂਜੀ ਇਹ ਸਰਕਾਰ ਨੂੰ ਜਿੱਦਾਂ ਕਹਿੰਦੇ ਤੁਸੀਂ ਕਹਿੰਦੇ ਵੀ ਸਰਕਾਰ ਨੇ ਮਤਲਬ ਇੱਕ ਬੰਦੇ ਨੇ ਆ ਕੇ ਨਾਂ ਅਨਾਊਂਸਮੈਂਟ ਕਰਤਾ, ਇਹ ਲੜਾਈ ਤਾਂ ਪਹਿਲਾਂ ਸਾਡੀ ਤੁਹਾਡੀ ਸਾਰਿਆਂ ਦੀ ਇਹ ਰਹੀ ਆ ਵੀ ਜਦੋਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਾਹਿਬ ਦਾ ਜਦੋਂ SGPC ਦਾ ਪ੍ਰਧਾਨ ਬਣਿਆ ਜਾਂਦਾ ਵੀ ਉਹ ਮਤਲਬ ਵਿੱਚੋਂ ਨਿਕਲਦਾ ਜੀ, ਜੇਬ ਚੋਂ ਨਿਕਲਦਾ ਜਾਂ ਇੱਕ ਜਣਾ ਆ ਕੇ ਅਨਾਊਂਸ ਕਰ ਦਿੰਦਾ, ਤੇ ਇਹ ਡਿਫਰੈਂਟ ਕੀ ਹੋਇਆ, ਇਹਦੇ ਚ ਵੱਖ ਕੀ ਹੋਇਆ? ਉਹਨਾਂ ਨੇ ਵੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਵੀ ਤਾਂ ਉਹੀ ਗੱਲ ਕੀਤੀ ਹੈ। ਦੇਖੋ ਮੁੱਖ ਮੰਤਰੀ ਸਾਹਿਬ ਨੇ ਉਦਣ ਵੀ ਇਹ ਗੱਲ ਕੀਤੀ ਜਿੱਦਣ ਉਹਨਾਂ ਨੇ ਸਾਰੇ ਮੈਂਬਰਾਂ ਨੂੰ ਬੁਲਾਇਆ, ਸਾਰੇ ਮੈਂਬਰ ਗਏ ਸੀਗੇ ਜਿਹੜੀ ਨਵੀਂ ਅਡਹਾਕ ਦੇ, ਉਹਨਾਂ ਨੇ ਕਿਹਾ ਸੀ ਵੀ ਅਸੀਂ ਤਾਂ ਮੈਂਬਰ ਬਣਾਤੇ ਆ, ਹੁਣ ਤੁਸੀਂ ਚੋਣ ਕਰਨੀ ਆ, ਹਾਂ ਤੁਸੀਂ ਆਪਣੀ ਐਗਜ਼ੈਕਟਿਵ ਚੁਣਨੀ ਤੇ ਪ੍ਰਬੰਧ ਸੰਭਾਲਣਾ, ਪ੍ਰਬੰਧ ਸੰਭਾਲਣ 'ਚ ਅਸੀਂ ਪੂਰਾ ਸਹਿਯੋਗ ਦੇਵਾਂਗੇ। ਪਰ ਇਹ ਜਿਹੜੀ ਗੱਲ ਆ ਉੱਥੇ ਉਹ ਵਾਕਿਆ ਹੀ ਉਲਟ ਹੋਈ ਆ ਕਿ ਜਿਹੜਾ ਹੈਗਾ ਬਾਈ ਪ੍ਰੋਸੀਜਰ ਜਿਹੜੀ ਚੋਣ ਹੋਣੀ ਸੀ, ਜਿਸ ਤਰ੍ਹਾਂ ਉਹ ਚੋਣ ਕਮਿਸ਼ਨਰ ਨੇ DC ਕੁਰੂਕਸ਼ੇਤਰ ਨੇ ਕਿਹਾ ਕਿ ਅਸੀਂ ਫਾਰਮ ਸਰਕੂਲੇਟ ਕਰਦੇ ਹਾਂ, ਫਾਰਮ ਲਓ, ਨੋਮੀਨੇਸ਼ਨ ਭਰੋ, ਪਰ ਉਹ ਫਾਰਮ ਤਾਂ ਭਰਨੇ ਨਹੀਂ ਦਿੱਤੇ। ਇੱਕ ਵਿਅਕਤੀ ਨੇ ਉੱਠ ਕੇ, ਪ੍ਰਧਾਨ ਤੇ ਵੀ ਰੌਲਾ ਪਿਆ, ਸੀਨੀਅਰ ਮੀਤ ਪ੍ਰਧਾਨ ਤੇ ਵੀ ਰੌਲਾ ਪਿਆ, ਪ੍ਰਧਾਨਗੀ ਤੇ ਵੀ ਬਾਈਕਾਟ ਹੋਇਆ, ਸੀਨੀਅਰ ਮੀਤ ਪ੍ਰਧਾਨਗੀ ਤੇ ਵੀ ਬਾਈਕਾਟ ਹੋਇਆ, ਉਹਦੇ ਤੇ ਵੀ ਜਿਹੜੇ ਮੈਂਬਰ ਸੀਗੇ ਬਾਹਰ ਆਏ ਆ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਪ੍ਰਕਿਰਿਆ ਹੋਈ ਆ ਉਹਦੇ ਤੇ ਸਵਾਲੀਆ ਚਿੰਨ ਜਿਹੜਾ ਕਿ ਬਿਲਕੁਲ ਜ਼ਰੂਰ ਲੱਗਾ ਕਿ ਉਹ ਪ੍ਰਕਿਰਿਆ ਜਿਹੜੀ ਆ ਉਹ ਬਾਈ ਕਾਨੂੰਨ ਜਿਹੜੀ ਉਹ ਨਹੀਂ ਹੋਈ। ਮਤਲਬ ਜਿਹੜੀ ਹਰਿਆਣੇ ਦੀ ਸਰਕਾਰ ਆ ਮਨੋਹਰ ਲਾਲ ਖੱਟਰ ਦੀ, ਉਹ ਇਹ ਨਹੀਂ ਚਾਹੁੰਦੀ ਕਿ ਅਸੀਂ ਇਹੋ ਜਿਹੇ ਵਿਅਕਤੀ ਨੂੰ ਅੱਗੇ ਲਿਆਈਏ ਜਿਹੜਾ ਸਾਡੇ ਸਾਹਮਣੇ ਬੋਲ ਸਕਦਾ ਜਾਂ ਸਿੱਖ ਮੁੱਦਿਆਂ ਨੂੰ ਵਧੀਆ ਤਰੀਕੇ ਨਾਲ ਰੱਖ ਸਕਦਾ, ਉਹਨਾਂ ਨੂੰ ਪ੍ਰਧਾਨ ਉਦਾਂ ਦਾ ਚਾਹੀਦਾ ਜਿਹੜਾ ਉਹਨਾਂ ਦੇ ਕਹਿਣੇ 'ਚ ਚੱਲੇ। ਦੇਖੋ ਇਹ ਤਾਂ ਹੁਣ ਉਹੀ ਦੱਸ ਸਕਦੇ ਆ ਵੀ ਉਹਨਾਂ ਨੇ ਕਿਹੜੀ ਯੋਗਤਾ ਦੇਖੀ ਆ। ਮਹੰਤ ਕਰਮਜੀਤ ਸਿੰਘ ਜਿਹੜਾ ਅਮਲੀ ਵਿਅਕਤੀ ਆ, ਨਸ਼ੇ ਦਾ ਆਦੀ ਆ, ਵੀ ਉਹ 'ਚ ਕਿਹੜੀ ਯੋਗਤਾ ਵਾ ਜਿਹਦੇ ਕਰਕੇ ਉਹਨੂੰ ਪ੍ਰਧਾਨ ਬਣਾਇਆ ਗਿਆ, ਇਹ ਤਾਂ ਹਾਂਜੀ ਉਹੀ ਦੱਸ ਸਕਦੇ। ਮੈਂ ਤਾਂ ਜਿਹੜਾ ਦੇਖੋ ਮੇਰਾ ਵੀ ਕਿਹੜਾ ਕੋਈ ਵਿਰੋਧ ਸੀ, ਮੈਂ ਮੁੱਖ ਮੰਤਰੀ ਸਾਹਿਬ ਦਾ ਬੜਾ ਸਨਮਾਨ ਕਰਦਾ ਵਾਂ, PM ਸਾਹਿਬ ਦਾ ਸਨਮਾਨ ਕਰਦਾ ਜੋ ਉਹਨਾਂ ਨੇ ਸਿੱਖਾਂ ਵਾਸਤੇ ਕੰਮ ਕੀਤੇ ਆ। ਜੇ ਹਰਿਆਣਾ ਮਾਨ ਜੋ ਮੁੱਖ
हरियाणा असी शताब्दियां मनाईया ने इत्थे वड्डी पद्धर ते हाँ कदे जी मेरे 2.5 साल प्रबंध विच कदे उन्हां ने दखल नहीं दिता। जिहड़ा मैं प्रबंध 2.5 साल चलाया कदे किसे किस्म दा उन्हां दखल नहीं, जिहड़ा सहयोग मंगिया उह सहयोग दिता। जिहड़े हाँ जी दिन वार मनाए आ, कोई मैनूं इह तां लगदा नहीं वी मेरे नाल कोई इस तर्हां दा जिहड़ा कोई कोई विरोध होवेगा। हुण मजबूरी की रही आ इह तां हाँ माणयोग मुख मंत्री साहब दस सकदे। मैं पुछिया वी जी, मैं कहा मुख मंत्री साहब की मजबूरी आ कि तुसीं हाँ मैनूं सरपरस्त ला रहे हो, पर प्रधान नहीं, मजबूरी की आ? जिदा वो हाँ जी कहावत है वैसे, हुण इह तां मुख मंत्री साहब ही दस सकदे। जिवें किसे ने लिखिया, कहिंदे कुछ तो मजबूरियां रही होंगी, ज्यों ही हाँ तो कोई बेवफा नहीं होता, है ना, जी कुछ तो जी मजबूरियां रही होंगी, ज्यों ही तो कोई कुछ कोई बेवफा नहीं होता, कुछ तो मजबूरियां होनगियां जिन्हां करके जिहड़ा दादूवाल नूं जिहड़ा हैगा उह नहीं बनाया गया ते महंत करमजीत नूं बनाया गया वा। कुछ ना कुछ तो मुख मंत्री साहब ही दस सकदे आ कि उहनां नूं मतलब उहदे च कि योग्यता लगी जां उहनां दीआं कहिड़ियां मजबूरियां रहियां, जां मैनूं सरपरस्त लाउणा चाहुंदे सी पर प्रधान नहीं सी लाउणा चाहुंदे। बाकी मैं तां हमेशा सिख सिधांतां दी गल जिहड़ी अहीं बंदी सिंघां दी रिहाई वास्ते मता पास करके मुख मंत्री हरियाणा नूं दित्ता सीगा, जी किसानां दे हक विच मता पास करके किसान अंदोलन दे मुख मंत्री साहब नूं दित्ता सीगा। पर जे इह जी गलत गल हुई कि पैटर्न दा ओहदा जिहड़ा सी पैटर्न दी पोस्ट क्रिएट कीती गई ते उहदे लई मुख मंत्री साहब नूं असीं मिल के जिहड़ा सीगा उह दस्सिया कि गुरमर्यादा दे उल्ट आ, इह जी गुरमर्यादा दे आके गुरुद्वारा प्रबंधक कमेटियां कोई भी मीटिंग करदियां ते सरपरस्त श्री गुरु ग्रंथ साहिब नूं मानदियां। सरपरस्त साडे श्री गुरु ग्रंथ साहिब आ, गुरुद्वारे दा कोई मालक नहीं, पैटर्न नहीं हो सकदा। गुरुद्वारे दे मालक तां गुरु ग्रंथ साहिब ने, असीं तां सेवादार आ, प्रबंधक कमेटी दा प्रबंध करना। सो इस कारण करके जिहड़ा हैगा इह तां मुख मंत्री साहिब दस सकदे। पर मैं तुहानूं इक गल दसदा, मेरा कोई विरोध नहीं सी, मैं उहनां दे रिस्पैक्ट करदा, ईमानदार ने, बड़ा जी वधिया काम 2.5 साल दे विच, कदे वी मेरे काम दे विच उहनां ने कदे किसे तर्हां दी दखलअंदाजी जिहड़ी सी उह प्रबंध विच नहीं कीती। पर आ जिहड़ी गल्लबात होई आ कि महंत करमजीत सिंह नूं, मेरा महंत करमजीत सिंह दी प्रधानगी दे नाल विरोध आ कि जिहड़ी उहनां ने प्रधानगी महंत करमजीत सिंह नूं दित्ती आ, इक अमली, इक नशे दे आदी व्यक्ति नूं, मैनूं इस गल दा इतराज़ आ।